ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਗਿਆ ਪਾਣੀ ਲੈ ਮੰਦਰ ਤੇ ਮੈਂ ਮੰਦਰ ਦਾ ਗੇਟ ਵੜਿਆ ਤੇ ਮੇਰੇ ਮਗਰ ਉਹ ਗਿਆ ਐਸ ਡੀ ਸਕੂਲ ਤੋਂ ਮੁੜਿਆ ਉਹਦੇ ਗੇਟ ਤੋਂ ਨਾਲ ਹੀ ਦੁਕਾਨ ਅੰਦਰ ਵੜ ਗਿਆ। ਇੱਥੇ 3 ਕੁ ਮਿੰਟ ਰਿਹਾ ਉੱਥੇ ਦੇਖੀ ਨਾ ਫੁੱਟੇ ਕਢਾ ਕੇ ਮੇਰੀ ਘੜੀ ਸੀਗੀ ਤੇ 8-10 ਹਜ਼ਾਰ ਰੁਪਏ ਨਗਦ ਉਹ ਲੈ ਗਿਆ ਤੇ ਅੰਦਰਲਾ ਗੱਲਾਂ ਵੀ ਸਾਡੇ ਆਫਿਸ ਦਾ ਉਹ ਤੋੜ ਗਿਆ ਦਰਾਜ ਤੋੜ ਗਿਆ। ਉਹਨੂੰ ਦਿੱਤੇ 500 ਨੋਟ ਦਿੱਤਾ ਉਹਨੇ ਅਤੇ 400 ਨੂੰ ਵਾਪਸ ਦੇ ਦਿੱਤਾ। ਫਿਰ ਥੋੜ੍ਹੀ ਦੇਰ ਬਾਅਦ ਆਇਆ ਕਹਿੰਦਾ ਕਿ ਇਹ ਨਹੀਂ ਲੈਣੇ ਹੋਰ ਲੈਣੇ ਆ। ਮੈਂ ਕਿਹਾ ਹੋਇਆ ਨਹੀਂ। ਫਿਰ ਸਾਹਮਣੇ ਦੁਕਾਨ 'ਤੇ ਬਹਿ ਕੇ ਚਾਹ ਪੀਂਦਾ ਰਿਹਾ। ਉਸ ਤੋਂ ਬਾਅਦ ਮੈਂ ਉੱਠਿਆ ਮੈਂ ਗਿਆ ਪਾਣੀ ਲੈ ਮੰਦਰ 'ਚ ਅਤੇ ਮੈਂ ਮੰਦਰ ਦਾ ਗੇਟ ਵੜਿਆ ਅਤੇ ਮੇਰੇ ਮਗਰ ਉਹ ਗਿਆ ਐਸ ਡੀ ਸਕੂਲ ਤੋਂ ਮੁੜਿਆ ਉਹਦੇ ਗੇਟ ਤੋਂ ਨਾਲ ਹੀ ਦੁਕਾਨ ਅੰਦਰ ਵੜ ਗਿਆ। ਇੱਥੇ 3 ਕੁ ਮਿੰਟ ਰਿਹਾ ਉੱਥੇ ਦੇਖੀ ਨਾ ਉਹਦੇ 'ਚ ਫੁੱਟੇ ਕਢਾ ਕੇ ਕੀ ਲੈ ਕੇ ਗਿਆ। ਅੱਛਾ ਮੇਰੀ ਘੜੀ ਸੀਗੀ ਅਤੇ 8-10 ਹਜ਼ਾਰ ਰੁਪਏ ਨਗਦ ਸੀਗਾ ਉਹ ਲੈ ਗਿਆ ਅਤੇ ਅੰਦਰਲਾ ਗੱਲਾਂ ਵੀ ਸਾਡੇ ਆਫਿਸ ਦਾ ਉਹ ਤੋੜ ਗਿਆ ਦਰਾਜ ਤੋੜ ਗਿਆ ਅਤੇ ਉਹਦੇ ਤਾਂ ਉਹਨੇ ਨਹੀਂ ਲੱਗਿਆ ਤਿਜੋਰੀ ਤਾਂ ਉਹ ਟੁੱਟਣੀ ਨਹੀਂ ਸੀਗੀ ਤਿਜੋਰੀ ਪਈ ਅੰਦਰ ਉਹ ਫਿਰ ਮੈਂ ਸਾਹਮਣੇ ਦੇਖਿਆ ਨਾ ਅਤੇ ਉਹ ਐਸ ਡੀ ਸਕੂਲ ਜਾ ਕੇ ਦੇਖਿਆ ਅਤੇ ਉਹਦੇ ਵਿੱਚ ਉਹਦੀ ਫੁਟੇਜ ਆਈ ਉੱਥੋਂ ਮੁੜ ਗਿਆ। ਪਹਿਲੇ ਦੁਕਾਨ 'ਤੇ ਹੋ ਗਿਆ ਸੀ ਸਰਾਂ 'ਚ ਰਹਿੰਦਾ ਸੀਗਾ ਉਹ 2 ਦਿਨ ਲਈ ਆਇਆ ਸੀਗਾ। ਕੀ ਮਿਲਿਆ ਉਹਦਾ ਤੁਹਾਨੂੰ? ਉਹਦਾ ਆਧਾਰ ਕਾਰਡ ਉੱਥੋਂ ਮਿਲ ਗਿਆ ਪ੍ਰੂਫ ਉਹਦਾ ਮਿਲ ਗਿਆ। ਉਹ ਫਿਰ ਥਾਣੇ ਦਰਖਾਸਤ ਦਿੱਤੀ ਹੈ ਉਹਨੀ ਉੱਥੇ ਮੋਬਾਈਲ ਨੰਬਰ ਵੀ ਸੀਗਾ ਹੈਗਾ ਉਹਦਾ ਉਹ ਮੋਬਾਈਲ ਨੰਬਰ ਉੱਥੇ ਕੀਤਾ ਕਹਿੰਦਾ ਮੈਂ ਨਹੀਂ ਮੈਂ ਤਾਂ ਚੰਡੀਗੜ੍ਹ ਜਾ ਰਿਹਾ ਜੀ। ਪੁਲਿਸ ਕੀ ਕਹਿੰਦੀ ਉਹ ਕਹਿੰਦੇ ਕਰਦੇ ਹਾਂ ਕਾਰਵਾਈ। ਗਏ ਸੀ ਮੌਕੇ 'ਤੇ ਜਾ ਕੇ ਜਿਸ ਸਰਾਂ ਦੇ ਵਿੱਚ ਉਹ ਬੰਦਾ ਰਿਹਾ ਹੈ ਉੱਥੋਂ ਆਪਣਾ ਪ੍ਰੂਫ ਲੈ ਕੇ ਅਤੇ ਵੈਰੀਫਾਈ ਕੀਤਾ ਕੈਮਰੇ 'ਚ ਉਹਦੀ ਫੋਟੋ ਆਉਂਦੀ ਪਈ ਹੈ ਔਰ ਬਹੁਤ ਜਲਦੀ ਹੀ ਉਹਨਾਂ ਨੂੰ ਆਪਾਂ ਕਵਰ ਕਰਾਂਗੇ। ਸਰ ਕੁਛ ਪਤਾ ਲੱਗਾ ਕੀ ਗਿਆ ਉਹ ਦੁਕਾਨ ਵਾਲੇ ਦੱਸਦੇ ਵੀ 10 ਹਜ਼ਾਰ ਰੁਪਈਆ ਅਤੇ ਇੱਕ ਸਾਡੀ ਕੀਮਤੀ ਘੜੀ ਜਿਹੜੀ ਉਹ ਲੈ ਕੇ ਗਿਫਟ ਕੀਤੀ ਕਿਸੇ ਨੇ ਘੜੀ ਉਹ ਲੈ ਕੇ ਚਲਾ ਗਿਆ। ਅਤੇ ਉਹ ਬੰਦਾ ਕਿੱਥੇ ਰਿਹਾ ਸੀ ਕੁਛ ਇਹਦੇ ਬਾਰੇ? ਬੰਦਾ ਉਹ ਧਰਮਸ਼ਾਲਾ ਕਰ ਲਾਗੇ ਹੈਗੀ ਉਹਨਾਂ ਦੇ ਹਾਂਜੀ ਉੱਥੇ ਰਿਹਾ ਸੀਗਾ ਉੱਥੇ ਆਪਣਾ ਪ੍ਰੂਫ ਆਪਣਾ ਆਧਾਰ ਕਾਰਡ ਦੇ ਕੇ ਗਿਆ ਸੀਗਾ ਉੱਥੋਂ ਆਪਾਂ ਆਈਡੈਂਟੀਫਾਈ ਕੀਤਾ ਬੰਦਾ ਉਹੀ ਸੀ ਲੱਗਦਾ ਸੀਗਾ ਕੈਮਰੇ ਦੇਖਿਆ ਸੀ। Please subscribe our channel for more updates. You can follow us Twitter and Facebook. ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ। ਵਸ਼ੀਕਰਨ ਕਰਨਾ, ਮੁੱਠੀਕਰਨ ਕਰਨਾ ਜਾਂ ਤੜਵਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, ਪੀਆਰ ਵਿੱਚ ਰੁਕਾਵਟ, ਲਵ ਮੈਰਿਜ ਪਿਆਰ 'ਚ ਰੁਕਾਵਟ, ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ 'ਚ ਹਨ ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ। ਲਾਟਰੀ ਚਾਹੇ ਕੋਈ ਵੀ ਹੋਵੇ 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ। ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ। ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ 'ਚ ਗਰੰਟੀ ਨਾਲ ਕਰਾਓ। ਕਰੋ ਸੰਪਰਕ ਬੀਬੀ ਰਾਜਵਿੰਦਰ 81 400 6 7 0 0 9।